ਆ ਕਿਉਂਕਿ ਜਿਹੜੇ ਸ਼ਹਿਰੀ ਨੇ ਨਾ ਉਹ ਤਕਰੀਬਨ ਸੁੱਤੇ ਰਹਿੰਦੇ ਨੇ 12-12 ਇੱਕ ਵਜੇ ਤੇ ਸ਼ਾਮ ਦੇ ਤਾਂ ਨਮਕ ਹੋਉਣੇ ਅਸਲਾਮ ਵਾਲੇਕਮ ਵੈਲਕਮ ਬੈਕ ਟੂ ਆ ਨਿਊ ਵਲੌਗ ਅੱਜ ਦਾ ਵਲੌਗ ਸਟਾਰਟ ਕਰਨਾ ਉਸ ਤੋਂ ਪਹਿਲਾਂ ਮੇਰੇ ਚੈਨਲ ਕੋ ਸਬਸਕ੍ਰਾਈਬ ਕਰ ਲਓ ਉਸ ਸਾਥ ਮੈਂ ਯੂਟਿਊਬ ਚੈਨਲ ਸਾਥ ਮੈਂ ਬੈਲੇ ਕੋ ਦਬਾਉਣ ਕੇ ਜਿਹੜੀ ਮੈਂ ਵੀਡੀਓ ਅਪਲੋਡ ਕਰੂੰ ਆਪਕੇ ਪਾਸ ਜਲਦੀ ਜਲਦੀ ਪਹੁੰਚਾਏ ਔਰ ਅੱਜ ਕੇ ਮਜ਼ੇਦਾਰ ਵੀਡੀਓ ਸਟਾਰਟ ਕਰਨੇ ਆ ਤੇ ਅੱਜ ਸਾਰਿਆਂ ਤੋਂ ਪਹਿਲਾਂ ਤੁਹਾਨੂੰ ਮੈਂ ਮੌਸਮ ਚੈੱਕ ਕਰਾਉਣਾ ਮੌਸਮ ਵੀ ਇਸ ਵੀਡੀਓ ਮਾਸ਼ਾਅੱਲਾ ਕਿੰਨਾ ਖੂਬਸੂਰਤ ਓਏ ਹੋਏ ਹੋਏ ਕੀ ਸੀਨ ਮੈਂ ਆਖਿਆ ਚਲੋ ਤਾਂ ਵਹਾਨੇ ਪਿੰਡ ਦਾ ਮਾਹੌਲ ਮੈਂ ਹੈ ਤਾਂ ਪਿੰਡ ਦਾ ਮਾਹੌਲ ਵਹਾਨੇ ਆ ਕਿਉਂਕਿ ਜਿਹੜੇ ਸ਼ਹਿਰੀ ਨੇ ਨਾ ਉਹ ਤਕਰੀਬਨ ਸੁੱਤੇ ਰਹਿੰਦੇ ਨੇ 12-12 ਇੱਕ ਵਜੇ ਤੇ ਮੈਂ ਆਖਿਆ ਫਿਰ ਉਹਨਾਂ ਨੂੰ ਪਿੰਡਾਂ ਦਾ ਮਾਹੌਲ ਵਹਾਉਣਾ ਚਾਹੀਦਾ ਪੜ੍ਹਨਾ ਹੀ ਆ ਫਿਰ ਤੇ ਮੱਝਾਂ ਖੁੱਲ੍ਹਣ ਸ਼ੁਰੂ ਹੋਈਆਂ ਨੇ ਸ਼ੇਰਾ ਖੋਲਦਾ ਰਾ ਮਜ਼ਾ ਹਾਏ ਸ਼ਰਿਆ ਹਾਏ ਸਲਾਮ ਅਲੈਕਮ ਸ਼ੇਰ ਸਾਹਿਬ ਕੀ ਹਾਲ ਹੈ ਸ਼ੇਤਨ ਅਲਹਮਦੁਲਿਲਾ ਕਿੱਦਾਂ ਚੱਲੇ ਮੱਝਾਂ ਬਣਾ ਜੀ ਹਾਂ ਚਲੋ ਮੈਂ ਵੀ ਦੋ ਸ਼ਾਮ ਦੇ ਤਾਂ ਨਮਕ ਹੋਉਣੇ ਪ੍ਰਾਣੀ ਵੀਡੀਓ ਜੀ ਕਹਿੰਦਾ ਕਿ ਬਾਬੇ ਸ਼ਦੋ ਸ਼ਾਹ ਨਾ ਸਾ ਤੇ ਉੱਥੇ ਮੈਂ ਫਿਰ ਨਮਕ ਖਾਣਾ ਜਿੱਤੇ ਅੱਜ ਉਹ ਗਿਆ ਕਹਿੰਦਾ ਚਲੋ ਚੱਲਨੇ ਆ ਤੁਹਾਡੇ ਦੋਵਾਂ 'ਚ ਵੇਖਣਾ ਕੌਣ ਦਾ ਡਿੱਪ ਨਹੀਂ ਮਾਸ ਪਹਿਲਾਂ ਸਲਾਮ ਲਓ ਪਹਿਲਾਂ ਅਸਲਾਮ ਵਾਲੇਕੁਮ ਅਸਲਾਮ ਵਾਲੇਕੁਮ ਕੀ ਹਾਲ ਹੈ ਜਨਾਬ ਠੀਕ ਠਾਕ ਹੋ ਠੀਕ ਠੀਕ ਸੇਤਨ ਵੀ ਤਾਂ ਠੀਕ ਨੇ ਠੀਕ ਠੀਕ ਤੇ ਫਿਰ ਪੰਜੀ ਵਾਲਾ ਵੀ ਠੀਕ ਤੇਰੀ ਡਾਡੀ ਖਲੋ ਜਾ ਦੀ ਬਾਡੀ ਲੈ ਅਸੀਂ ਵਾਕ ਕਰਨ ਨਿਕਲਾਂ ਐਂ ਵਾਕ ਹਾਲ ਚੱਲੇ ਆ ਜਿੱਦਾਂ ਜਿੱਦਾਂ ਕਿ ਅੱਜ ਅਗਰ ਦੂਰ ਜਾਣਾ ਇਨਸ਼ਾਅੱਲਾ ਜ਼ਿਆਦਾ ਵਾਕ ਕਰਨੀ ਇਨਸ਼ਾਅੱਲਾ ਅੱਗੇ ਜਿੱਥੇ ਆਉਂਦੇ ਇੱਥੇ ਮੁੜਾ ਪੱਠੇ ਪੱਠੇ ਦਾ ਬੰਦਾ ਅੱਜ ਵੇਖ ਸਕਦੇ ਕੋਈ ਇੱਥੇ ਬੰਦਾ ਨਹੀਂ ਦਿਸਦਾ ਪਿਆ ਕੌਣ ਹੀ ਆਇਆ ਇੱਥੇ ਤੇ ਉਹ ਗਏ ਆ ਸ਼ਾਹੋ ਚੱਕ ਰਾਤੀ ਉਹ ਸ਼ਾਹੋ ਚੱਕੀ ਡੋਰ ਕਰ ਫਿਰ ਉੱਥੇ ਹੀ ਰਹਿ ਪਿਆ ਰਾਤ ਜਿੱਥੇ ਆਪਣੀ ਪੁਰਾਣੀ ਜਗ੍ਹਾ 'ਤੇ ਇੱਥੇ ਕੰਮ ਸੀ ਜਾਂਦਾ ਉੱਥੇ ਹੀ ਰਹਿ ਪਿਆ ਮੈਂ ਇੱਧਰ ਆਇਆ ਅਤੇ ਅੱਗੇ ਪੀਟਰ ਵੀ ਚੱਲਿਆ ਇੱਕ ਉਸ ਜਗ੍ਹਾ 'ਤੇ ਪੀਟਰ ਚੱਲਿਆ ਇੱਕ ਉੱਥੇ ਜਿੱਥੇ ਅਸੀਂ ਨਹਾਤੇ ਆਏ ਉਹ ਮੋਟਰ ਚੱਲੀਏ ਪਰ ਮੈਂ ਉਹ ਮੌਸਮ ਫਿਰ ਤੁਹਾਨੂੰ ਮੈਂ ਚੈੱਕ ਕਰਾਂ ਮੌਸਮ ਯਾਰ ਅੱਜ ਬੜਾ ਸੋਹਣਾ ਬਣਿਆ ਮਾਹੌਲ ਚੈੱਕ ਕਰੋ ਤੁਸੀਂ ਅਤੇ ਤੂੰ ਮੌਸਮ ਚੈੱਕ ਕਰੋ ਓਏ ਹੋ ਕਿਤਨਾ ਪਿਆਰਾ ਮੌਸਮ ਬਣਿਆ ਯਕੀਨ ਮੰਨੋ ਮਜ਼ੇ ਆ ਨਹੀਂ ਗੈਸ ਟਾਈਮ ਅੱਗੇ ਤਾਂ ਫੁੱਲ ਧੁੱਪ ਚੜ ਜਾਂਦੀ ਹੈ ਤਕਰੀਬਨ 7 ਉੱਤੇ ਦਾ ਟਾਈਮ ਹੋ ਗਿਆ ਇੱਕ ਹੈ ਪੀਟਰ ਕੋ ਪੀਟਰ ਦੋ ਇੱਕ ਪੀਟਰ ਅਤੇ ਇੱਕ ਮੋਟਰ ਦੋਵੇਂ ਚੱਲਦੇ ਇਹਨੇ ਸਾਨੂੰ ਧੋਖਾ ਦਿੱਤਾ ਇਹ ਜਿਹੜੀ ਹੈ ਨਾ ਇਹਨੇ ਸਾਨੂੰ ਧੋਖਾ ਦਿੱਤਾ ਇਹਨੇ ਐਂ ਧੋਖਾ ਦਿੱਤਾ ਅੱਗੇ ਅਸੀਂ ਨਹਾਉਂਦੇ ਫਿਰ ਤਾਂ ਬਿਜਲੀ ਟੁਰ ਗਏ ਅਤੇ ਇਹ ਧੋਖਾ ਨਹੀਂ ਦਿੰਦਾ ਇਹਨੇ ਉਸ ਟਾਈਮ ਬੰਨਣਾ ਜਿਸ ਟਾਈਮ ਸਾਈਆਂ ਬੰਦ ਕਰਨਾ ਕਿਉਂਕਿ ਪੈਟਰੋਲ ਤਾਂ ਸਾਈ ਮੁੱਕਣ ਨਹੀਂ ਦਿੰਦੇ ਜਿੰਨਾ ਜ਼ਿਮੀ ਆਪਣੀ ਪਿਆਣੀ ਹੋਵੇ ਉਹ ਚੱਲਦੀ ਰਹਿੰਦੀ ਬਿਜਲੀ ਆਵੇ ਚੱਲ ਪਏ ਬਿਜਲੀ ਆਵੇ ਬੰਦ ਫਾਈਨਲ ਵੇਵਰ ਅਸੀਂ ਆਪਣੀ ਜਿੱਥੇ ਮੈਂ ਜਿਸ ਮਸਾਬ ਵੇਖਦੇ ਪਏ ਚੜ੍ਹਿਆ ਤਾਂ ਮੈਂ ਜਿੱਥੇ ਪਹੁੰਚਣਾ ਪਹੁੰਚ ਆਇਆ ਡੇਰੇ ਦੀ ਅਮਨ ਤਿੰਨ ਸਾਲ ਡੇਰੇ ਦੇ ਆਇਆ ਤੁਹਾਨੂੰ ਮੈਂ ਆਪਣੇ ਪਿੰਡ ਦਾ ਮਾਹੌਲ ਵਹਾਨਾ ਕਿ ਇੱਥੋਂ ਸਾਨੂੰ ਕਿੰਨਾ ਸਾਰਾ ਪਿੰਡ ਟੋਟਲ ਦਿਸਦਾ ਪਿਆ ਤੁਹਾਨੂੰ ਪਿੰਡ ਚੈੱਕ ਕਰਾਉਣਾ ਰੈਡੀ ਸਟੱਡੀ ਆਪਣੀ ਮੈਂਗੋ ਵੇਖ ਉਹ ਸਾਰਾ ਸਾਡਾ ਪਿੰਡ ਉੱਥੋਂ ਸ਼ੁਰੂ ਹੁੰਦਾ ਤਕਰੀਬਨ ਇਹ ਇਸ ਚੀਜ਼ 'ਤੇ ਆਉਂਦਾ ਪਿਆ ਅੱਗੋਂ ਇੱਧਰ ਵੇਖਦੇ ਪਏ ਘਰ ਹੈ ਨੇ ਪਰ ਇੱਧਰ ਥੋੜ੍ਹੇ ਥੋੜ੍ਹੇ ਨੇ ਪਰ ਜਿਹੜਾ ਮੇਨ ਪਿੰਡ ਨਾ ਜ਼ੂਮ ਕਰਕੇ ਚੈੱਕ ਕਰਾਉਣਾ ਵੇਖਿਆ ਜ਼ੂਮ ਨਹੀਂ ਸਹੀ ਹੋ ਰਿਹਾ ਅਤੇ ਜਾ ਅਤੇ ਉਹਨਾਂ ਚੱਲਣੇ ਹਾਂ ਵਾਪਸ ਕਿਉਂਕਿ ਸਾਡੇ ਹੱਥ 'ਤੇ ਵਾਹ ਗਈ ਹੱਥ ਦੀ ਪੂਰੀ ਹੋ ਗਈ ਅਤੇ ਇੱਕ ਮੈਂ ਹੋਰ ਗੱਲ ਕਹਿਣਾ ਚਾਹੁੰਦਾ ਕਿ ਅੱਜ ਅਸੀਂ ਉੱਥੇ ਜਾਣਾ ਜਿੱਥੇ ਅੱਜ ਅਮਨੇ ਪੀਰ ਅਜਮਲ ਰਜ਼ਾ ਕਾਦਰੀ ਸਾਹਿਬ ਉਹਨਾਂ ਅਮਨਾ ਅਤੇ ਉਹਨਾਂ ਕਿੱਥੇ ਅਮਨੇ ਸਿਵੀਏ ਸਿਵੀਏ ਮਹਿਫਲ ਦੇ ਅਤੇ ਮਹਿਫਲ ਦੇ ਇਨਸ਼ਾਅੱਲਾ ਜ਼ਰੂਰ ਜਾਣਾ ਜ਼ਰੂਰ ਅੱਛੀ ਜਿਹੜੇ ਬੰਦੇ ਨੇ ਨਾ ਉਹ ਕਹਿੰਦੇ ਨੇ ਕਿ ਬਾਹਰ ਆ ਹੀ ਮੈਨੂੰ ਕਹਿੰਦਾ ਪਿੱਛੇ ਚਾਚਾ ਪੈ ਜਾਂਦਾ ਚਾਚੇ ਕਹਿੰਦੇ ਨੇ ਕਿ ਬਾਹਰ ਆਈ ਜਿਸ ਮੈਂ ਕਾਲ ਲਾਈ ਆਈ ਆ ਮੈਂ ਕਾਲ ਨਹੀਂ ਲਾਈ ਪਹਿਲਾਂ ਮੈਂ ਵੀਡੀਓ ਬਣਾ ਲੈਣਾ ਫਿਰ ਬਾਹਰ ਆ ਲੈਣ ਪੀ ਸੜਨਾ ਅਤੇ ਮੈਂ ਦਿਲ ਨਹੀਂ ਕਰਦਾ ਪਿਆ ਕਿ ਮੋਟਰ ਵੱਲ ਜਾਵਾਂ ਜਾਂ ਪੀਟਰ ਵੱਲ ਜਾਵਾਂ ਮੋਟਰ ਇੱਕ ਕਿਸੇ ਵੀ ਪੀਟਰ ਚਲਾਇਆ ਚਾਚੇ ਨੇ ਫਿਰ ਕਿੱਧਰ ਜਾਣਾ ਚਾਹੀਦਾ ਚਾਚੇ ਦੇ ਪੀਟਰ 'ਤੇ ਜਾਣਾ ਚਾਹੀਦਾ ਮੈਂ ਇੱਥੇ ਚੋਰੀ ਚੋਰੀ ਉੱਥੇ ਨਿਕਲਣਾ ਪਿਆ ਮੈਂ ਚੱਲ ਵੀਡੀਓ ਬਣਾਉਣੀ ਤਾਂ ਅੱਗੇ ਜਵਾਨ ਸਰ ਪੱਖੇ ਵੱਢਦੇ ਨੇ ਹਾਂ ਹਲੋ ਉੱਥੇ ਉੱਥੇ ਖਲੋਕ ਵੇਖੇ ਨਾ ਕੋਈ ਨਹੀਂ ਪਤਾ ਲੱਗਦਾ ਤੁਹਾਡਾ ਮੈਂ ਆਇਆ ਮੈਂ ਤਾਂ ਪੀਟਰ ਵੱਲ ਆਇਆ ਕਿ ਤੁਸੀਂ ਦੱਸ ਪਿਓ ਹੋਰ ਸਮੀਰ ਸੁਣਾ ਚੇਤਨ ਪੀਤਾ ਚੇਟ ਅਲਹਮਦੁਲਿਲਾ ਪੀਟਰ 'ਤੇ ਅਸੀਂ ਉਹ ਚੱਲ ਸਰ ਫਿਰ ਲਾ ਵੀ ਫਿਰ ਆਉਂਦਾ ਮੈਂ
ਫਿੱਟਰ ਵਾਲੇ ਕੋਲ ਚੱਕਰ ਲਾ ਲਈਏ ਨਾ ਫਿਰ ਆਉਂਦੇ ਹਾਂ। ਪਤਾ ਨੀ ਮੈਨੂੰ ਤੁਹਾਡੀ ਬਾਤ ਆਉਂਦੀ ਹੋਣੀ ਕਿ ਕੌਣ ਵੀ ਆਉਂਦੀ ਹੋਣੀ ਕੋਈ ਯਕੀਨ ਮੈਨੂੰ ਬੜੀ ਮਜ਼ਾ ਪਿਆ ਆਉਂਦਾ ਠੰਡਾ ਪਾਣੀ ਵੇਖ ਕੇ ਨਾ ਆਇਆ ਹਾਏ ਇਹ ਪਿੰਡਾਂ ਦੀ ਝਾਸ ਵਾਹ ਪਿੰਡਾਂ ਵਾਲੇ ਬ੍ਰਾਂਡ ਤੇ ਮੋਲ ਮੋਲ ਲੈ ਸਕਦੇ ਹੋ ਕਿਆ ਹੀ ਮੋਲ ਹੈ ਯਾਰ ਪਾਣੀ ਪੀ ਕੇ ਚੈੱਕ ਕਰਾਵਾਂ ਤੁਹਾਨੂੰ ਇਹ ਵੀ ਚੋੜਾ ਮੈਂ ਇਕੱਲਾ ਵੀ ਆ ਫਿਰ ਤੁਸੀਂ ਆਪਦੇ ਨਾ ਵੀਡੀਓ ਕਿੰਝ ਬਣਾ ਲਈ ਸੀ ਮੇਰੇ ਕੋਲ ਸਟੈਂਡ ਮੈਂ ਨਾ ਇੱਕ ਸਟੈਂਡ ਖੋਲ ਕੇ ਚੈੱਕ ਕਰਾ ਦਿਆਂ ਸਾਡੇ ਅਨਬੋਕਸਿੰਗ ਕੀਤੀ ਨਹੀਂ ਪਿੱਛੇ ਤੁਸੀਂ ਵੀਡੀਓ ਵੇਖੀ ਹੋਣੀ ਮੇਰੀ ਮੈਂ ਅਨਬੋਕਸਿੰਗ ਕੀਤੀ ਉਹਦਾ ਇਹ ਬੜਾ ਫਾਇਦਾ ਇਕੱਲਾ ਕਿਤੇ ਬੰਦਾ ਆਵੇ ਸਟੈਂਡ ਲਿਆਓ ਬਹਿ ਰੱਖੋ ਅਤੇ ਆਪਣੀ ਵੀਡੀਓ ਬਣਾ ਲਓ ਇਹ ਤਾਂ ਫਾਇਦਾ ਨਾ ਹੁਣ ਮੈਂ ਬਣਾ ਲਈ ਵੀਡੀਓ ਅਤੇ ਹੁਣ ਘਰੇ ਵੱਲ ਚੱਲਿਆ ਚੱਲ ਕੇ ਮਿਲਦੇ ਹਾਂ ਆਪਕੋ ਫਿਰ ਉੱਥੋਂ ਹੋ ਕੇ ਪਿੰਡ ਖੇਡ ਲੋ ਕੇ ਸਾਰਾ ਵਾਕ ਸ਼ਾਕ ਕੀਤੀ ਹੈ ਵੇਖਿਆ ਜਦੋਂ ਸੂਰਜ ਵੀ ਮਾੜਾ ਮਾੜਾ ਨਿਕਲਣ ਲੱਗ ਪਿਆ ਇੱਧਰੋਂ ਮੌਸਮ ਸਾਫ਼ ਹੋ ਗਿਆ ਅਤੇ ਸੂਰਜ ਮਾੜਾ ਮਾੜਾ ਨਿਕਲਣ ਲੱਗ ਪਿਆ ਚੋਣ ਫਿਰ ਘਰੇ ਵੱਲ ਚੱਲਣੇ ਅਤੇ ਮੈਂ ਇੱਕ ਵੀਡੀਓ ਪਿਛਲਾ ਵਾਲਾ ਕੇ ਅਪਲੋਡ ਕਰਨੇ ਵਾਲਾ ਉਹ ਪਹਿਲਾਂ ਅਪਲੋਡ ਕਰੀਏ ਅਤੇ ਫਿਰ ਅਗਲਾ ਬਣਾਉਂਦੇ ਹਾਂ ਕਿਉਂਕਿ ਪਿਛਲਾ ਇਹ ਪੇ ਹੋਵੇ ਅਤੇ ਅਗਲੇ ਬੰਦਾ ਬਣਾਈ ਜਾਵੇ ਕਿਉਂਕਿ ਪਹਿਲਾਂ ਅਪਲੋਡ ਅਤੇ ਉਹ ਲਾਈਏ ਅਤੇ ਫਿਰ ਦੂਜਾ ਕੰਮ ਬਾਅਦ 'ਚ ਠੀਕ ਹੈ ਬਾਅਦ 'ਚ ਮਿਲਦੇ ਹਾਂ ਆਪਕੋ। ਹੈਲੋ ਫਰੈਂਡ ਅਸਲਾਮ ਵਾਲੇਕੁਮ ਤੁਸੀਂ ਮੇਰੇ ਇੱਥੇ ਵੀ ਆਖਦੇ ਪਏ ਦੇ ਪੈਸੇ ਆ ਦਿਨ ਇੱਥੇ ਕਿਵੇਂ ਭਰਦੇ ਨੇ ਅਤੇ ਮੈਂ ਸੁਬਹਾ ਸੁਬਹਾ ਉੱਠਿਆ ਅਤੇ ਇਹਨਾਂ ਤੋਂ ਮੈਂ ਆਖਿਆ ਕਿ ਸਾਨੂੰ ਚੈਲੇਂਜ ਦੇ ਮੈਂ ਇਹਨਾਂ ਚੈਲੇਂਜ ਕੀ ਦਿੱਤਾ ਉਹ ਤੁਹਾਨੂੰ ਬਾਅਦ ਹੀ ਦੱਸਣਾ ਇਹਨਾਂ ਦਾ ਚੈਲੇਂਜ ਹੋਵੇਗਾ ਇਹਨਾਂ ਭੱਜਦਿਆਂ ਜਾਣਾ ਉੱਥੇ ਜਿੱਥੇ ਅੱਪੜ ਗਏ ਜਿਹੜਾ ਦੋਵਾਂ 'ਚ ਪਹਿਲਾਂ ਅੱਪੜ ਗਿਆ ਉਹਨੂੰ ਲੱਭਣ ਦੇ ਪੂਰੇ 10,000 ਰੁਪਈਆ ਇੱਕ ਵਾਰ ਵੇਖ ਸਕਦੇ ਹੋ ਠੀਕ ਹੈ ਤੁਸੀਂ ਵੇਖ ਲਿਆ ਤੁਸੀਂ ਪਤਾ ਉਹਨਾਂ ਨੂੰ ਵਿਖਾਓ ਤੁਸੀਂ ਵੇਖ ਲਓ ਪੂਰਾ 10,000 ਰੁਪਈਆ ਅਤੇ ਇਹਨਾਂ ਦੋਵਾਂ ਜਿਹੜਾ ਜਿੱਤਿਆ ਉਹਨੂੰ ਪੈਸੇ ਲੱਭਣ ਦੇ ਠੀਕ ਹੈ ਵੀਡੀਓ ਇਹ ਵੇਖ ਲਓ ਅਸਲੀ ਨੇ ਤੂੰ ਵੇਖ ਲੈ ਚਲੋ ਵੀਡੀਓ ਸਟਾਰਟ ਕਰਨਾ ਚਲੋ ਚੱਲ ਸਮਝ ਰਹੇ ਹੋ ਸਮਝ ਰਹੇ ਹੋ ਚਲੋ ਚੱਲ ਕੇ ਤਾਂ ਕਿ ਤੁਸੀਂ ਲਿਖ ਲਓ ਤੁਸੀਂ ਕਿਉਂਕਿ ਭੱਜਣਾ ਅਤੇ ਮੈਂ ਸਕੂਟਰ ਲੈਣ ਆ ਗਿਆ ਮੇਰਾ ਕੈਮਰਾ ਮੈਨ ਹੋਵੇ ਤਾਂ ਮੈਂ ਸਕੂਟਰ ਚਲਾਵਾਂ ਤਾਂ ਐਮ ਜਵਾਨ ਟੋਪੀ ਲਾ ਕੇ ਬਸ ਉਹਨਾਂ ਦੀ ਸੇਮ ਅਤੇ ਐਮ ਮੇਰੇ ਪਿੱਛੇ ਭਵੇ ਦਾ ਕੈਮਰਾ ਫੱਦੇ ਦਾ ਅਤੇ ਚਲੋ ਚੱਲਦੇ ਹਾਂ ਸਟਾਰਟ ਕਰੋ ਨਾ ਇਹਨਾਂ ਜਾਣਾ ਕਾਲੂ ਦੇ ਡੇਰੇ 'ਤੇ ਚਲੋ ਰੈਡੀ ਸਟਾਡੀ ਐਪਲ ਮੈਂਗੋ ਗੋਲੀ ਸ਼ੁਰੂ ਕਰਦੇ ਹਾਂ ਓ ਭਾਜ ਵੱਗੋ ਚਲੋ ਅਸੀਂ ਇਹਨਾਂ ਦੇ ਪਿੱਛੇ ਪਿੱਛੇ ਤੂੰ ਪਿੱਛੇ ਬੜੀ ਦੂਰ ਜਾਣਾ ਨੇ ਅਸੀਂ ਅੱਗੇ ਚੱਲ ਕੇ ਠਾਵੇਂ ਖਲੋਤੇ ਤੂੰ ਭੈਣ ਦੂਰ ਦਾਲੇ ਤੇ ਡੇਰੇ ਤੇ ਜਾਇਓ ਠੀਕ ਹੈ ਗੱਲਾਂ ਕਿੱਧਰ ਗਿਆ
ਚਲਾ ਜਾਂਦਾ ਆ ਪਜਦਾ ਨਹੀਂ ਪਿਆ ਐ ਸੱਜਾ ਪਜੋ ਪਜੋ ਜਵਾਨਾ ਪਜੋ ਪਜੋ ਕਰਿਆ ਪਜੋ ਐਂਜ ਪਜੋ ਗਿਆ ਨਲੀ ਪਜਦੇ ਆ ਆ ਮਨ ਲੱਗਿਆ ਨੇ ਹਾਂ ਲੈ ਦਿਓ ਓ ਯੋ ਇਹ ਰੁਫੀ ਅੱਗੇ ਨਿਕਲ ਗਏ ਤੇਰ ਤੋਂ ਅੱਗੇ ਨਿਕਲ ਗਏ ਓ ਜਦੀ ਲੈ ਗਏ ਰੁਫੀ ਅੱਗੇ ਨਿਕਲ ਗਿਆ ਆਏ ਰੁਫੀ ਹਾਏ ਭੱਜ ਭੱਜ ਚੱਲ ਗਿਆ ਰਲ ਗਿਆ ਰਲ ਫਾਈਨਲੀ ਅਸੀਂ ਜਿੱਥੇ ਪਹੁੰਚਣਾ ਸੀ ਅਸੀਂ ਡੇਰੇ ਦਾ ਨਾਂ ਲਿਆ ਡੇਰੇ ਤੇ ਨੇ ਤੇ ਇਹ ਆ ਰਹੇ ਦੋ ਜਵਾਨ ਹਾਏ ਹਾਏ ਭੱਜੋ जवान जुत्ती ला के जुत गया ओ वेखो लेट रहे जो लेट रही लै जवान दे जवान जो लेट रहे हार गए हार गए गल कर ਫਾਈਨਲੀ ਵੀਵਰ ਜਿੱਥੇ ਨਾ ਪਹੁੰਚਣਾ ਹੈ ਤਾਂ ਮੈਂ ਜਿੱਥੇ ਤੇ ਚੈਲੰਜ ਦਿੱਤਾ ਇਹ ਭਰਾ ਮੇਰਾ ਜੁੱਤ ਗਿਆ ਤੇ ਇਹ ਹਾਰ ਗਿਆ ਠੀਕ ਹੈ ਇਹਨਾਂ ਨੂੰ ਇਨਾਮ ਦਿੱਤਾ ਜਾਏ ਬਾਹਾਂ ਲੱਪ ਜੀ ਮੁੰਡਾ ਕਹਿੰਦੇ ਮੈਂ ਬਾਹਾਂ ਲੱਪ ਇਹ ਚੁੱਪੇ ਖਲਾਕਾਰ ਇਹ ਜਿੱਤ ਗਿਆ ਚਲੋ ਨਾਮ ਦਿੱਤਾ ਜਾਏ ਨੜਿਆਓ ਇਹਦੀ ਕੈਮਰਾਮੈਨ ਦੋ ਮੇਰਾ 10000 ਪੂਰਾ ਇਹ 10000 ਰੁਪਿਆ ਇਹ ਵੇਖ ਸਕਦੇ ਹੋ ਤੁਹਾਡੇ ਸਾਹਮਣੇ ਕੋਈ ਗਲਤ ਬਿਆਨ ਸੱਚੀ ਪੁੱਛ ਲਓ ਨਾ ਇਹ ਜਿੱਤ ਤਾਂ ਲੈਣੋ ਦੇਣਾ ਜੁੱਤੀਆਂ ਹੀ ਆ ਆਪ ਨੂੰ ਭਜੇ ਨਹੀਂ ਫਿਰ ਮੇਰਾ ਕਸੂਰ ਨਹੀਂ ਫਿਰ 9000 ਰੁਪਏ ਫਿਰ ਤੁਸੀਂ ਲੱਭ ਇਹ ਤਾਂ ਫਿਰ ਆ ਕੇ 1000 ਰੁਪਏ ਮੈਂ ਆਪੂ ਦੇਣਾ ਨਾ ਮੈਂ ਆਪੂ ਦੇ ਆ ਲੋ ਜੀ ਤੁਸੀਂ ਮੇਰੀ ਵੀ ਮਿਹਨਤ ਦਾ ਮੈਨੂੰ ਫਲ ਲੱਭ ਗਿਆ ਸਾਡੇ ਸਾਹਮਣੇ ਪੈਸੇ ਚਲੋ ਹੁਣ ਕਾ